ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਲੁਧਿਆਣੇ ਦੇ ਵਿੱਚ ਫਿਰ ਤੋਂ ਦਿਨ ਦਿਹਾੜੇ ਚੱਲੀਆਂ ਗੋਲੀਆਂ, 3 ਖੋਲ ਬਰਾਮਦ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਔਰ ਜਾ ਰਿਹਾ ਹੈ। ਇੱਕ ਸਕੂਟਰ ਮੋਟਰਸਾਈਕਲ ਮਕੈਨੀਕਲ ਦਾ ਕੰਮ ਕਰਨ ਵਾਲੇ ਗੁਰਵਿੰਦਰ ਸਿੰਘ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਕੁੱਲ 4 ਫਾਇਰ ਨੂੰ ਲੱਗੀ, ਜਿਸ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉਹ ਕਿ ਗੁਰਵਿੰਦਰ ਸਿੰਘ ਦਾ ਆਪਣੇ ਸਕੇ ਭਰਾ ਦੇ ਨਾਲ ਪ੍ਰੋਪਰਟੀ ਦਾ ਕੇਸ ਚੱਲ ਰਿਹਾ ਹੈ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਕੇ ਆਏ ਸਨ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉੱਧਰ ਦੂਜੇ ਪਾਸੇ ਗੁਰਵਿੰਦਰ ਦੇ ਭਰਾ ਨੇ ਕਿਹਾ ਹੈ ਕਿ ਉਹਨਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਪੁਲਿਸ ਸੀਸੀ ਬਸਪਾ ਦਾ ਵਰਕਰ, ਉਹ ਬੜਾ ਮਿਸ਼ਨਰੀ ਹੈ, ਮਜ਼ਦੂਰ, ਮਿਹਨਤਕਸ਼, ਉਹ ਇੱਕ ਮਿਸ਼ਨ ਲੈ ਕੇ ਤੁਰਿਆ ਹੋਇਆ। ਉਹ ਮਿਸ਼ਨ ਜਿਹੜਾ ਲੁੱਟ ਮਾਫੀਏ ਦੇ ਵਰਖਿਲਾਫ ਬਸਪਾ ਨੇ ਪਿਛਲੇ ਲੰਬੇ ਸਮੇਂ ਤੋਂ ਬਾਦਲਾਂ ਦੇ ਕਾਲੇ ਕਾਰਨਾਮਿਆਂ ਦੇ ਵਿਰੁੱਧ ਸੰਘਰਸ਼ ਕੀਤਾ, ਚਾਹੇ ਉਹ ਰੇਤਾ ਬਜਰੀ ਚੋਰੀ ਆ, ਉਹ ਚਿੱਟਾ ਵੇਚਣ ਦੀ ਗੱਲ ਆ, ਉਹ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਦੀ ਗੱਲ ਆ, ਉਹ ਟਰਾਂਸਪੋਰਟ ਮਾਫੀਏ ਦੀ ਗੱਲ ਆ। ਬਸਪਾ ਦੇ ਸੰਘਰਸ਼ੀ ਵਰਕਰ ਨੇ ਰੱਜ ਕੇ ਵਿਰੋਧ ਕੀਤਾ, ਆਪਣੀ ਡਿਊਟੀ ਨਿਭਾਈ ਉਹਨਾਂ ਨੇ। ਅੱਜ ਬਸਪਾ ਦੀ ਲੀਡਰਸ਼ਿਪ ਬਾਦਲ ਐਂਡ ਕੰਪਨੀ ਦੇ ਨਾਲ ਗਲਵਕੜੀ ਪਾ ਲਵੇ, ਬਸਪਾ ਦਾ ਵੋਟ ਬੈਂਕ ਖਿਸਕੂਗਾ, ਜੀਰੋ ਜਮਾਂ ਜੀਰੋ ਕਰ ਲਈਏ। ਪਰ ਉਹਨਾਂ ਨੇ ਤਾਂ ਖੁਸ਼ੀ ਜ਼ਾਹਰ ਕੀਤੀ ਆ। ਇਹ ਢੋਲ ਨਗਾੜੇ ਵਜਾਉਣ ਵਾਲੇ ਦੋਸਤ ਹੋ ਰਿਹਾ, ਜਿਹੜੇ ਘਰਾਂ ਦੇ ਅੰਦਰ ਬੈਠੇ ਮਯੂਸ ਹੋ ਕੇ ਹੋ ਰਿਹਾ। ਹੁਣ ਤੁਸੀਂ ਬਸਪਾ ਨੂੰ ਜਿਹੜੀਆਂ 20 ਸੀਟਾਂ ਦਿੱਤੀਆਂ, ਤੁਸੀਂ ਉਹ 20 ਸੀਟਾਂ ਦਾ ਮੁਲਾਂਕਣ ਕਰਕੇ ਦੇਖ ਲਓ। ਉਹ ਸੀਟਾਂ ਜਿੱਥੋਂ ਕਦੇ ਬਸਪਾ ਨੂੰ ਕਦੇ ਜਿੱਤ ਵਾਲਾ ਪਾਸਾ ਦਿਖਿਆ ਹੀ ਨਹੀਂ ਗਾ, ਐਵੇਂ ਸੈਂਕੜਿਆਂ ਦੇ ਵਿੱਚ ਵੋਟਾਂ ਪਈਆਂ ਹੋਈਆਂ, ਉਹ ਸੀਟਾਂ ਦੇ ਦਿੱਤੀਆਂ। ਇਹ ਹੋਣਾ ਕੀ ਆ, ਜੀਰੋ ਜਮਾਂ ਜੀਰੋ ਕਰ ਦਈਏ, ਬਰਾਬਰ ਕੀ ਆਉਂਦਾ, ਜੀਰੋ। ਅਕਾਲੀ ਦਲ ਸ਼ਾਨਾ ਮਤੇ ਇਤਿਹਾਸ ਵਾਲੀ ਪਾਰਟੀ ਸੀ, ਬਾਦਲਾਂ ਦੇ ਕਾਲੇ ਕਾਰਨਾਮਿਆਂ ਨੇ ਬੱਦੂ ਕਰ ਦਿੱਤੀ, ਬਾਦਲ ਐਂਡ ਕੰਪਨੀ ਦੀ ਲੁੱਟ ਮਾਫੀਆ ਨੇ ਅਕਾਲੀ ਦਲ ਬਦਨਾਮ ਕਰ ਦਿੱਤਾ। ਜਿੱਦਣ ਅਕਾਲੀ ਦਲ ਤੋਂ ਬਾਦਲ ਐਂਡ ਕੰਪਨੀ ਦਾ ਸਾਇਆ ਹਟ ਗਿਆ, ਉਦਣ ਅਕਾਲੀ ਦਲ ਦੇ ਮੁਕਾਬਲੇ ਦੀ ਪਾਰਟੀ ਕੋਈ ਨਹੀਂ ਆਉਣੀ। ਮੈਂ ਵੀ ਦੱਸ ਦਿੰਦਾ ਤੁਹਾਨੂੰ, ਇਹ ਅੱਜ ਉਹ ਪੁਰਖੇ ਪੰਜਾਬ ਦੇ, ਉਹ ਸਾਡੇ ਬਜ਼ੁਰਗ ਪੰਜਾਬ ਦੇ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਸਿੰਜ ਕੇ ਪਾਰਟੀ ਬਣਾਈ ਸੀ, ਅੱਜ ਕਿਹੜੀ ਕਗਾਰ 'ਤੇ ਪਹੁੰਚ ਗਈ। ਬਾਦਲ ਐਂਡ ਕੰਪਨੀ, ਮੈਂ ਅਕਾਲੀ ਦਲ ਨਹੀਂ ਕਹੂੰਗਾ, ਅੱਜ ਬਾਦਲ ਐਂਡ ਕੰਪਨੀ ਵੈਂਟੀਲੇਟਰ ਦੇ ਉੱਤੇ ਆ। ਯਤਨ ਕੀਤਾ ਉਹਨਾਂ ਨੇ ਬਸਪਾ ਤੋਂ ਆਕਸੀਜਨ ਲੈਣ ਦਾ, ਬਸਪਾ ਤੋਂ ਆਕਸੀਜਨ ਲੈ ਲਈਏ, ਪਰ ਇਹ ਨਿਰਮੂਲ ਉਹਨਾਂ ਦੀ ਇੱਕ ਪੋਜ਼ਿਟਿਵ ਥਿੰਕਿੰਗ ਥੋਟ ਹੋ ਸਕਦੀ ਆ। ਨਤੀਜਿਆਂ ਦੇ ਰਿਜ਼ਲਟ ਤੋਂ ਬਾਅਦ ਤੁਸੀਂ ਜਿਹੜੀਆਂ ਗੱਲਾਂ ਅੱਜ ਮੈਂ ਬੋਲ ਕੇ ਚੱਲਿਆ, ਇਹ ਦੇਖੋਗੇ ਕਿ ਹੂ ਬਹੂ ਸੱਚੀਆਂ ਹੋ। ਪੂਰੀ ਦੁਨੀਆ ਦੇ ਅੰਦਰ ਵੱਸਦੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਾਉਣ ਵਾਲੇ ਕੌਣ ਲੋਕ ਆ, ਪਰਦੇ ਦੇ ਪਿੱਛੇ ਕੌਣ ਆ ਅਤੇ ਪਰਦੇ ਦੇ ਅੱਗੇ ਕੌਣ ਹੈ, ਇਹ ਪਤਾ ਸਾਰੀ ਗੱਲ ਦਾ। ਇਹ ਗੱਲ ਅਲੱਗ ਹੋ ਗਈ ਕਿ ਇਹ 4.5 ਸਾਲ ਆਪਣੇ ਤੰਤਰ ਮੰਤਰ ਸਮਝੌਤੇ ਦੇ, ਸੰਧੀਆਂ ਦੇ ਤਹਿਤ ਬਚਦੇ ਰਹੇ, ਪਰ ਗੁਰੂ ਨਾਲ ਮੱਥਾ ਲਾਉਣ ਵਾਲਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਚਾਹੇ ਮੱਸਾ ਰੰਗੜ ਆ ਅਤੇ ਚਾਹੇ ਅਹਿਮਦ ਸ਼ਾਹ ਅਬਦਾਲੀ ਆ, ਬਚਿਆ ਕਦੇ ਨਹੀਂ। ਇਹ ਅਸੀਂ ਫਿਰ ਅਪੀਲ ਕਰਾਂਗੇ, ਡੁੱਲੇ ਵੀਰਾਂ ਦਾ ਕੁਛ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ, ਉਹਨੂੰ ਭੁੱਲਿਆ ਨਹੀਂ ਗਿਣਦੇ। ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਤੁਹਾਡੇ 4-6 ਮਹੀਨੇ ਬਚਦੇ ਆ, ਗੁਰੂ ਦਾ ਅਪਮਾਨ ਕਰਨ ਵਾਲਿਆਂ ਨੂੰ ਸਜ਼ਾਵਾਂ ਦੇ ਕਟਹਿਰੇ ਤੱਕ ਲੈ ਜਾਓ,
ਨਹੀਂ ਲੋਕ ਤੁਹਾਨੂੰ ਵੀ ਕਦੇ ਮਾਫ਼ ਨਹੀਂ। ਤਾਂ ਕੈਪਟਨ ਅਮਰਿੰਦਰ ਸਿੰਘ ਜਦੋਂ 2017 ਦੀ ਇਲੈਕਸ਼ਨ ਲੜਨ ਮੌਕੇ ਰੈਲੀਆਂ ਨੂੰ ਸੰਬੋਧਨ ਕਰਦੇ ਆ, ਉਦੋਂ ਵਾਅਦਾ ਕਰਦੇ ਆ ਵੀ ਮੈਂ ਚੰਦ ਹਫ਼ਤਿਆਂ 'ਚ ਫੜ ਕੇ ਕਟਹਿਰਿਆਂ 'ਚ ਖੜਾ ਕੇ ਸਜਾਵਾਂ ਦਵਾ ਦੂੰਗਾ। ਆਖਿਰਕਾਰ ਮੈਂ ਤਾਂ ਪਹਿਲਾਂ ਕਿਹਾ ਦੇਰ ਆਏ ਦਰੁਸਤ ਆਏ, ਆਹ 4-6 ਮਹੀਨੇ ਜਿਹੜੇ ਬਚਦੇ ਆ ਕੈਪਟਨ ਅਮਰਿੰਦਰ ਸਿੰਘ ਆਪਣੇ ਉੱਤੇ ਕਾਲਕ ਦਾ ਧੱਬਾ ਨਾ ਲਵਾਉਣ, ਉਹ ਇਹਨਾਂ ਦੋਸ਼ੀਆਂ ਨੂੰ ਬਣਦੀਆਂ ਸਜਾਵਾਂ ਤੱਕ ਕਟਹਿਰੇ ਤੱਕ ਲਿਜਾ ਕੇ ਖੜਾ ਕਰ ਦੇਣ, ਬਾਕੀ ਕੰਮ ਅਦਾਲਤਾਂ ਦਾ। ਸਾਡੀ ਪਾਰਟੀ ਦੀ ਕੋਰ ਕਮੇਟੀ ਨੇ ਕੋਈ ਡਿਸੀਜਨ ਨਹੀਂ ਲਿਆ। ਅਸੀਂ ਇਸ ਤਰੀਕੇ ਨਾਲ ਸਮਰੱਥ ਹੈਗੇ ਹਾਂ ਵੀ ਅਸੀਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਪਣਾ ਚੰਗੇ ਕਿਰਦਾਰ ਵਾਲੇ, ਚੰਗੇ ਗ੍ਰਾਸਰੂਟ ਲੈਵਲ 'ਤੇ ਲੋਕਾਂ ਨਾਲ ਪਕੜ ਸਾਂਝ ਵਾਲੇ ਉਮੀਦਵਾਰ ਠੱਲ ਸਕਦੇ ਹਾਂ। ਅਲਾਇੰਸ ਕਿਹਦੇ ਨਾਲ ਕਰਨਾ ਨਹੀਂ ਕਰਨਾ ਇਹ ਪਾਰਟੀ ਦੀ ਕੋਰ ਕਮੇਟੀ ਫੈਸਲਾ ਡਿਸੀਜਨ ਲਊਗੀ, ਜੈਸਾ ਫੈਸਲਾ ਹੋਊਗਾ ਫਿਰ ਤੁਹਾਨੂੰ ਜ਼ਰੂਰ ਦੱਸ। ਇਹਨਾਂ ਦਾ ਇੰਟਰਨਲ ਮਸਲਾ, ਅੰਦਰੂਨੀ ਮਸਲਿਆਂ ਦੇ ਵਿੱਚ ਦੂਜੀ ਪਾਰਟੀ ਦੇ ਮੈਂ ਕੋਈ ਦਖਲ ਅੰਦਾਜ਼ੀ ਕਰਾਂ ਚੰਗਾ ਨਹੀਂ ਲੱਗਦਾ। ਪਰ ਅੱਜ ਇਸ ਗੱਲ ਦਾ ਦੁੱਖ ਅਤੇ ਅਫਸੋਸ ਆ ਕਿ ਕਾਂਗਰਸ ਦੀ ਪਾਟੋ ਧਾੜ ਨੇ ਪੰਜਾਬ ਦੇ ਲੋਕਾਂ ਨੂੰ ਮਿਲਣ ਵਾਲੇ ਹਕੂਕ ਦੇ ਉੱਤੇ ਬਹੁਤ ਮਾੜਾ ਅਸਰ ਪਾਇਆ। ਸਰਕਾਰ ਦਾ ਧਿਆਨ ਅੱਜ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਿੱਚ ਨਹੀਂ, ਕੋਰੋਨਾ ਬਿਮਾਰੀ ਨਾਲ ਲੜਨ ਵਾਸਤੇ ਨਹੀਂ, ਕੋਰੋਨਾ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸਹਾਇਤਾ ਦੇਣ ਵਾਸਤੇ ਨਹੀਂ। ਅੱਜ ਉਹਨਾਂ ਦਾ ਧਿਆਨ ਜਿਹੜੀ ਧੜੇਬੰਦੀ ਆ ਵੀ ਮੈਂ ਬੰਦੇ ਵੱਧ ਕਾਂਗਰਸ ਦੇ ਵਿੱਚੋਂ ਵੱਧ MLA ਕਿੱਦਾਂ ਇਕੱਠੇ ਕਰ ਸਕਦਾ, ਇਹ ਦੁੱਖ ਅਤੇ ਅਫਸੋਸ ਆ ਸਾਡੇ ਪੰਜਾਬ ਵਾਸੀਆਂ ਦੇ ਨਾਲ, ਇਹਨਾਂ ਦੀ ਧੜੇਬੰਦੀ ਕਾਰਨ ਵੱਡਾ ਧੱਕਾ ਹੋ ਰਿਹਾ। ਲੁਧਿਆਣੇ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਓਇਲ, 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੋਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਓਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087 ਨੰਬਰ, ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।